ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤ ਸਫਤ ਅਕੈਡਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਰਾਸ਼ਨ ਕਾਰਡ ਦੀ ਵੱਡੀ ਅਪਡੇਟ ਹੈ ਉਹਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਕਿੰਨੇ ਕੇਜੀ ਕਣਕ ਮਿਲ ਰਹੀ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਦੋਸਤੋ ਤੁਸੀਂ ਈਪੋਸ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ epos.punjab.gov.in ਤੇ ਜਾਣਾ ਇੱਥੇ ਜਾਣ ਤੋਂ ਬਾਅਦ ਤੁਸੀਂ ਬੈਨੀਫੀਸ਼ੀਰੀ ਡਿਟੇਲ ਤੇ ਕਲਿੱਕ ਕਰੋਗੇ ਬੈਨੀਫੀਸ਼ੀਰੀ ਡਿਟੇਲ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਰਸ਼ਨ ਕਾਰਡ ਨੰਬਰ ਭਰ ਦੇਣਾ ਤੇ ਸਬਮਿਟ ਕਰ ਦੇਣਾ ਹੈਗਾ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡੀ ਸਾਰੀ ਡਿਟੇਲ ਆ ਜਾਵੇਗੀ ਕਿੰਨੀ ਤੁਹਾਨੂੰ ਉਹਦੇ ਵਿੱਚ ਕਣਕ ਮਿਲ ਰਹੀ ਹੈ ਤੇ ਇਸ ਵਾਰ ਜਿਹੜੀ ਫਰੀ ਕਣਕ ਮਿਲ ਰਹੀ ਹੈ ਉਹ ਕਿੰਨੀ ਮਿਲ ਰਹੀ ਹੈ ਉਹਦੀ ਵੀ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਮੈਂਬਰ ਡਿਟੇਲ ਡਿਸਟ੍ਰਿਕਟ ਦੇਖ ਸਕਦੇ ਹੋ ਇਨਸਪੈਕਟਰ ਨੇਮ ਦੇਖ ਸਕਦੇ ਹੋ ਤੇ نیچے ਆ ਗਏ ਮੈਂਬਰ ਕਿਹੜੇ ਕਿਹੜੇ ਮੈਂਬਰ ਨੇ ਜਿਹੜੇ ਐਕਟਿਵ ਨੇ ਉਹਨਾਂ ਨੂੰ ਹੀ ਕਣਕ ਮਿਲ ਰਹੀ ਹੈ ਇਹਦੇ ਵਿੱਚ ਤਿੰਨ ਮੈਂਬਰ ਨੇ ਤਾਂ ਇਹਦੇ ਵਿੱਚ ਸਟੇਟਸ ਹੈ ਜਿਹੜਾ ਉਹ ਐਕਟਿਵ ਆ ਰਿਹਾ ਠੀਕ ਹੈ ਜੀ ਜਿਹਨਾਂ ਦੇ ਐਕਟਿਵ ਆਉਂਦਾ ਉਹਨਾਂ ਨੂੰ ਹੀ ਜਿਹੜਾ ਰਾਸ਼ਨ ਮਿਲੇਗਾ ਉਸ ਤੋਂ ਬਾਅਦ نیچے ਬੀਟ ਦੇਖ ਸਕਦੇ ਹੋ ਤੁਸੀਂ ਜਿਹੜੀ 2 ਰੁਪਏ ਪਰ ਕਿਜੀ ਮਿਲਦੀ ਹੈ ਉਹ 90 ਕਿਲੋ ਮਿਲ ਰਹੀ ਹੈ ਇਹਨਾਂ ਨੂੰ ਤਿੰਨ ਮੈਂਬਰਾਂ ਨੂੰ ਜਿਹੜੀ ਫਰੀ ਦੀ ਕਣਕ ਮਿਲ ਰਹੀ ਹੈ ਭਾਵ ਕਿ ਪੀਐਮ ਬੀਟ ਮਿਲ ਰਹੀ ਹੈ ਜਿਹੜੀ ਪ੍ਰਧਾਨ ਮੰਤਰੀ ਅਨਕਲੈਨ ਯੋਜਨਾ ਦੇ ਤਹਿਤ ਜਿਹੜੀ ਚੱਲਦੀ ਹੈ ਯੋਜਨਾ ਉਹਦੇ ਤਹਿਤ ਮਿਲ ਰਹੀ ਹੈ ਉਹ ਹੈ 60 ਕਿਲੋ ਭਾਵ ਕੇ ਇੱਕ ਮੈਂਬਰ ਨੂੰ 20 ਕਿਲੋ ਕਣਕ ਇਹ ਮਿਲ ਰਹੀ ਹੈ ਤਾਂ ਇਹ ਤੁਸੀਂ ਲੈ ਸਕਦੇ ਹੋ ਹੁਣ ਲਗਭਗ ਸਾਰੇ ਪੰਜਾਬ 'ਚੇ ਮਿਲ ਰਹੀ ਹੈ ਤਾਂ ਇਸ ਤੋਂ ਬਾਅਦ نیچے ਆਪਾਂ ਸਕਰੋਲ ਕਰਦੇ ਹਾਂ ਇੱਥੇ ਤੁਸੀਂ ਮੈਂਬਰ ਦੇਖ ਸਕਦੇ ਹੋ ਸਾਰੇ ਠੀਕ ਹੈ ਜੀ ਮੈਂਬਰ ਆ ਗਏ ਤੇ ਉਸ ਤੋਂ ਬਾਅਦ ਕਿਹੜੇ ਮੰਥ ਵਿੱਚ ਕਿੰਨੀ ਕਣਕ ਮਿਲੀ ਹੈ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਸਾਰਾ ਸਟੇਟਸ ਚੈੱਕ ਕਰ ਸਕਦੇ ਹੋ ਕਿਹੜੀ ਸਕੀਮ ਚ ਮਿਲੀ ਹੈ ਤਾਂ ਇਹਦੇ ਵਿੱਚ ਜੇਕਰ ਤੁਹਾਡੇ ਡੀਪੂ ਹੋਲਡਰ ਦੇ ਵਿੱਚ ਕੋਈ ਇਹਦੇ ਵਿੱਚ ਘੱਟ ਵੱਧ ਦਿੰਦੇ ਆ ਠੀਕ ਹੈ ਜੀ ਇਹਦੇ ਵਿੱਚ ਕੋਕਾਪਲਾ ਪਾਇਆ ਜਾਂਦਾ ਤਾਂ ਉਹ ਤੁਸੀਂ ਚੈੱਕ ਕਰ ਸਕਦੇ ਹੋ ਤੇ ਉਹਦੀ ਸ਼ਿਕਾਇਤ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਨ ਫਿਊਚਰ ਇਸ ਚੀਜ਼ ਸੰਭਾਲ ਕੇ ਰੱਖਣੀ ਹੈ ਠੀਕ ਹੈ ਜੀ ਆਪਣਾ ਸਟੇਟਸ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਕਰੀਨ ਸ਼ਾਟ ਲੈ ਸਕਦੇ ਹੋ ਜੇਕਰ ਇਹਦੇ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਪੀਐਮ ਬੀਟ ਜਿਹੜੀ ਮਿਲ ਰਹੀ ਹੈ 60 ਕਿਲੋ ਮਿਲ ਰਹੀ ਹੈ ਠੀਕ ਹੈ ਜੀ ਤਿੰਨ ਮੈਂਬਰੋਂ ਜੇਕਰ ਤੁਸੀਂ ਜੇਕਰ ਇੱਕ ਮੈਂਬਰੋਂ ਤਾਂ ਤੁਹਾਨੂੰ ਉਹਦੇ ਵਿੱਚ 20 ਕਿਲੋ ਕਣਕ ਮਿਲ ਰਹੀ ਹੈ ਜੋ ਕਿ ਬਿਲਕੁਲ ਫ੍ਰੀ ਮਿਲ ਰਹੀ ਹੈ ਇਸ ਤਰ੍ਹਾਂ ਦੋਸਤੋ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਏ ਸੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਧੰਨਵਾਦ